ਤੇ ਮੈਂ ਪਵਨ ਸਿੰਘ ਮਾਈ ਟੀਵੀ ਦੇ ਸਟੂਡੀਓ ਤੋਂ ਅੱਜ ਦਾ ਮਾਈ ਸ਼ੋਅ ਮਾਈ ਲਾਈਫ ਲੈ ਕੇ ਹਾਜ਼ਰ ਹਾਂ। ਸਾਡੇ ਨਾਲ ਮੌਜੂਦ ਨੇ ਸਾਬਕਾ ਹਜ਼ੂਰੀ ਰਾਗੀ ਭਾਈ ਸੁਰਿੰਦਰ ਸਿੰਘ ਜੀ ਮੈਰੀਲੈਂਡ ਵਾਲੇ। ਭਾਈ ਸਾਹਿਬ ਦੇ ਨਾਲ ਅੱਜ ਗੱਲਬਾਤ ਕਰਾਂਗੇ ਕਿ ਇਹਨਾਂ ਨੇ ਜੋ ਸਤਿਗੁਰਾਂ ਦਾ ਦਿੱਤਾ ਹੋਇਆ ਗ੍ਰਸਤੀ ਜੀਵਨ ਹੈ ਉਸ ਮਾਰਗ 'ਤੇ ਚੱਲਦਿਆਂ ਹੋਇਆਂ ਪੰਥਕ ਸੋਚ ਦੇ ਧਾਰਨੀ ਵੀ ਨੇ, ਪੰਥ ਦਰਦੀ ਵੀ ਨੇ, ਸੇਵਾਦਾਰ ਵੀ ਨੇ, ਕੀਰਤਨੀਆਂ ਵੀ ਨੇ ਔਰ ਇੱਕ ਸਧਾਰਨ ਗੁਰਸਿੱਖ ਵਾਂਗੂ ਇੱਕ ਕਿਰਤ ਕਰਕੇ ਆਪਣਾ ਜੀਵਨ ਵੀ ਬਤੀਤ ਕਰ ਰਹੇ ਨੇ। ਭਾਈ ਸਾਹਿਬ ਜੀ ਸਟੂਡੀਓ ਦੇ ਵਿੱਚ ਆਉਣ ਲਈ ਧੰਨਵਾਦ। ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਸਭ ਤੋਂ ਪਹਿਲਾਂ ਧੰਨਵਾਦੀ ਹਾਂ ਭਾਈ ਪਵਨ ਸਿੰਘ ਜੀ ਦਾ ਅਤੇ ਨਾਲ ਹੀ ਮਾਈ ਟੀ ਵੀ ਵਾਲਿਆਂ ਦਾ ਜਿਨ੍ਹਾਂ ਨੇ ਇਹ ਮੈਨੂੰ ਮੌਕਾ ਦਿੱਤਾ ਸੰਗਤ ਦੇ ਸਿੱਖ ਕਮਿਊਨਿਟੀ ਦੇ ਰੂਬਰੂ ਹੋਣ ਦਾ। ਸੋ ਬਹੁਤ ਧੰਨਵਾਦੀ ਹਾਂ ਜੀ। ਸੋ ਭਾਈ ਸਾਹਿਬ ਜੀ ਅੱਜ ਆਪਾਂ ਗੱਲ ਕਰਾਂਗੇ ਗੁਰਮਤਿ ਸੰਗੀਤ ਦੀ। ਸੋ ਗੁਰਮਤਿ ਸੰਗੀਤ ਤੋਂ ਪਹਿਲਾਂ ਅਸੀਂ ਇਹ ਪਤਾ ਜਾਣਨਾ ਚਾਹਾਂਗੇ ਕਿ ਤੁਹਾਡਾ ਜਿਹੜਾ ਜੀਵਨ ਹੈ ਉਹ ਗੁਰਮਤਿ ਸੰਗੀਤ ਦੇ ਨਾਲ ਕਦੋਂ ਤੋਂ ਜੁੜਿਆ ਔਰ ਤੁਸੀਂ ਇਸ ਮਾਰਗ 'ਤੇ ਕਦੋਂ ਜੋ ਹੈ ਉਹ ਚੱਲਣਾ ਸ਼ੁਰੂ ਕਰ ਦਿੱਤਾ? ਮੈਂ ਬੜਾ ਸੋਹਣਾ ਸਵਾਲ ਤੁਸੀਂ ਕੀਤਾ। ਮੈਂ ਮੇਰੇ ਪਿਤਾ ਜੀ ਹਰਿਮੰਦਰ ਸਾਹਿਬ ਦੇ ਕੀਰਤਨੀਏ ਸਨ। ਠੀਕ ਹੈ। ਅਤੇ ਉਹਨਾਂ ਦਾ ਨਾਮ ਭਾਈ ਦਰਸ਼ਨ ਸਿੰਘ ਅਤੇ ਜਿੰਨੇ ਕੀਰਤਨੀਏ ਪੁਰਾਣੇ ਅਤੇ ਮੌਜੂਦਾ ਵੀ ਹੁਣ ਜਿਹੜੇ ਹਰਿਮੰਦਰ ਸਾਹਿਬ ਕੀਰਤਨ ਕਰਦੇ ਆ ਉਹਨਾਂ ਨੂੰ ਬੜਾ ਉਹਨਾਂ ਦੀ ਇੱਕ ਅੱਲ ਸੀ। ਉਹਨਾਂ ਨੂੰ ਸਾਰੇ ਪਿਤਾ ਜੀ, ਪਾਪਾ ਜੀ, ਪਾਪਾ ਜੀ ਸਾਰੇ ਇਹ ਕਹਿੰਦੇ ਸੀ ਕਿਉਂਕਿ ਉਹ ਬਜ਼ੁਰਗ ਸਾਰੇ ਕੀਰਤਨੀਆਂ ਨੂੰ ਆਪਣੇ ਬੱਚਿਆਂ ਵਾਂਗ ਸਮਝਦੇ ਸੀ। ਅਤੇ ਉਹ ਪਿਤਾ ਪੁਰਖੀ ਗੁਰੂ ਰਾਮਦਾਸ ਪਾਤਸ਼ਾਹ ਜੀ ਨੇ ਜੋ ਉਹ ਮੇਰੇ ਝੋਲੀ ਵਿੱਚ ਪਾਇਆ ਕੀਰਤਨ ਦੀ ਦਾਤ। ਸੋ ਇਸ ਤਰ੍ਹਾਂ ਮੈਂ ਇਸ ਫੀਲਡ ਦੇ ਵਿੱਚ, ਇਸ ਸ਼੍ਰੇਣੀ ਵਿੱਚ ਆਇਆ ਜੀ। ਸੋ ਕਿਉਂਕਿ ਅਸੀਂ ਵੀ ਕਿਸੇ ਵੇਲੇ ਵਾਜਾ ਲੈ ਕੇ ਅਤੇ ਸਿੱਖਣ ਦੀ ਕੋਸ਼ਿਸ਼ ਕੀਤੀ ਹੈ ਪਰ ਨਹੀਂ ਚੱਲ ਸਕੇ, ਕਹਿ ਲਓ ਕਿ ਉਸ ਚੀਜ਼ ਦਾ ਆਨੰਦ ਨਹੀਂ ਮਾਣਿਆ। ਤੁਹਾਡੀ ਕਿੰਨੀ ਕੁ ਉਮਰ ਸੀਗੀ ਜਦੋਂ ਤੁਸੀਂ ਪਹਿਲੀ ਵਾਰੀ ਵਾਜਾ ਲੈ ਕੇ ਬੈਠੇ ਸੀਗੇ ਜਾਂ ਤਬਲਾ ਲੈ ਤਾਂ ਜੋੜੀ ਲੈ ਕੇ ਬੈਠੇ ਸੀਗੇ ਸਿੱਖਣ ਦੇ ਲਈ, ਕੋਈ ਹੈ ਤੁਹਾਨੂੰ ਯਾਦ? ਵੇਖੋ ਪਵਨ ਸਿੰਘ ਜੀ, ਮੈਨੂੰ ਐਗਜੈਕਟਲੀ ਯਾਦ ਤਾਂ ਨਹੀਂ ਕਿਉਂਕਿ ਮੈਨੂੰ ਇਹਨਾਂ ਤਕਰੀਬਨ 4 ਸਾਲ ਦਾ ਸੀ ਮੈਂ। ਠੀਕ ਹੈ ਜੀ। ਕਿਉਂਕਿ ਸਾਡੀ ਜਿਹੜੀ ਰਿਹਾਇਸ਼ ਸੀ, ਮੈਂ ਦੱਸਣਾ ਚਾਹਾਂਗਾ ਵੀ ਜਿੱਥੇ ਹਰਿਮੰਦਰ ਸਾਹਿਬ ਦੀ ਪਰਿਕਰਮਾ ਵਿੱਚ ਦੋ ਨਿਸ਼ਾਨ ਸਾਹਿਬ ਮੀਰੀ ਅਤੇ ਪੀਰੀ ਦੇ ਵੱਡੇ ਨਿਸ਼ਾਨ ਸਾਹਿਬ ਸਾਨੂੰ ਨਜ਼ਰ ਆਉਂਦੇ ਆ ਜੀ, ਅਕਾਲ ਤਖਤ ਸਾਹਿਬ, ਅਕਾਲ ਤਖਤ ਸਾਹਿਬ ਸਾਹਮਣੇ ਜਿਹੜੀ ਬਿਲਡਿੰਗ ਹੈ ਉਹਦੀ ਜਿਹੜੀ ਉਤਲੀ ਸੈਕਿੰਡ ਫਲੋਰ ਹੋਣ 'ਤੇ ਮੇਰੇ ਖਿਆਲ ਉਹ ਆਫਿਸ ਬਣ ਗਿਆ ਜਥੇਦਾਰ ਅਕਾਲ ਤਖਤ ਸਾਹਿਬ ਦਾ, ਪਰ ਉਹ ਸਾਡੀ ਰਿਹਾਇਸ਼ ਹੁੰਦੀ ਸੀ। ਠੀਕ। ਉੱਥੇ ਮੇਰਾ ਬਚਪਨ, ਉੱਥੇ ਮੈਂ ਗਰੋ ਹੋਇਆ ਅਤੇ ਮੈਨੂੰ ਯਾਦ ਹੈ ਵੀ ਜਿਹੜੀ ਉੱਥੋਂ ਦੀ ਇੱਕ ਵਿੰਡੋ ਸੀ ਜਿਹੜੀ ਸਾਹਮਣੀ ਹਰਿਮੰਦਰ ਸਾਹਿਬ, ਬਿਲਕੁਲ ਤੁਸੀਂ ਉੱਥੇ ਜਿਵੇਂ ਆਪਣੇ ਇੱਥੇ ਇਸ ਕੰਟਰੀ 'ਚ ਬੇ ਵਿੰਡੋ ਆਖਿਆ ਜਾਂਦਾ ਵੀ ਤੁਸੀਂ ਬਹਿ ਸਕਦੇ ਹੋ। ਹਾਂਜੀ। ਅਤੇ ਮੈਂ ਸਕੂਲੋਂ ਆ ਕੇ ਹੋਮਵਰਕ ਉੱਥੇ ਬੈਠ ਕੇ ਕਰਨਾ ਅਤੇ ਉੱਥੇ ਬੈਠ ਕੇ, ਅਤੇ ਸਾਡੇ ਲਈ ਤਾਂ ਪਲੇਗਰਾਊਂਡ ਜਾਂ ਕਹਿ ਲਓ ਵੀ ਖੇਡਣ ਦਾ ਥਾਂ ਵੀ ਹਰਿਮੰਦਰ ਸਾਹਿਬ ਦੀ ਪਰਿਕਰਮਾ ਹੀ ਸੀ। ਸੋ ਉਹ ਜਿਹੜਾ ਨੈਚੁਰਲ ਕੁਦਰਤੀ ਵਾਤਾਵਰਨ ਜਿਹੜਾ ਉਸ ਫਿਜ਼ਾ ਦੇ ਵਿੱਚ ਉਸ ਮਹਾਨ ਅਸਥਾਨ 'ਤੇ ਸੀ, ਉਹ ਸਹਿ ਸੁਭਾਏ ਅੰਦਰ ਜਾਂਦਾ ਸੀ। ਉਹ ਕੋਈ ਵੀ ਬੱਚਾ ਜੇ ਉੱਥੇ ਪੜ੍ਹੇਗਾ ਤਾਂ ਸਹਿ ਸੁਭਾਏ ਇਹ ਸੁਭਾਵਿਕ ਹੈ ਵੀ ਉਹਦੇ ਅੰਦਰ ਸਤਿਗੁਰੂ ਗੁਰੂ ਰਾਮਦਾਸ ਪਾਤਸ਼ਾਹ ਕਿਰਪਾ ਕਰਨਗੇ। ਸੋ ਮੈਂ ਆਪਣੇ ਆਪ ਨੂੰ ਵੱਡੇ ਭਾਗਾਂ ਵਾਲਾ ਸਮਝਦਾ ਵੀ ਮੈਨੂੰ ਮੇਰਾ ਬਚਪਨ ਉੱਥੇ ਬੀਤਿਆ। ਸੋ ਰੀਲ ਥੋੜ੍ਹੀ ਜਿਹੀ ਅੱਗੇ ਘੁੰਮਾਉਂਦੇ ਹਾਂ। ਸੋ ਪਹਿਲੀ ਵਾਰੀ ਕਦੋਂ ਸੀ ਜਦੋਂ ਤੁਸੀਂ ਹਰਿਮੰਦਰ ਸਾਹਿਬ ਕੀਰਤਨ ਕੀਤਾ? ਪਹਿਲੀ ਯਾਦ ਹੋਏਗਾ ਉਹ ਵੀ ਦਿਨ ਕਿਉਂਕਿ ਬਹੁਤ ਖਾਸ ਦਿਨ ਹੋਏਗਾ ਉਹ ਤੁਹਾਡੀ ਜ਼ਿੰਦਗੀ ਦੇ ਵਿੱਚ ਜਦੋਂ ਤੁਸੀਂ ਪਹਿਲੀ ਵਾਰੀ ਹਰਿਮੰਦਰ ਸਾਹਿਬ ਕੀਰਤਨ ਕੀਤਾ। ਇਹ ਕੁਝ ਗੱਲਾਂ ਜਿਹੜੀਆਂ ਰਿਕਾਰਡ ਨਹੀਂ ਹੋਈਆਂ ਪਰ ਜਦੋਂ 1984 ਤੋਂ ਬਾਅਦ ਇੱਕ ਫਿਰ ਹਰਿਮੰਦਰ ਸਾਹਿਬ ਅਟੈਕ ਹੋਇਆ ਸੀ ਜਿਹਦਾ ਨਾਮ ਸਰਕਾਰੀ ਰੱਖਿਆ ਸੀ ਬਲੈਕ ਥੰਡਰ ਸ਼ਾਇਦ ਜੀ। ਉਦੋਂ ਦਾਸ ਤਕਰੀਬਨ 12 ਸਾਲ ਦਾ ਸੀ ਅਤੇ ਹਰਿਮੰਦਰ ਸਾਹਿਬ ਕਿਸੇ ਕਾਰਨ ਕਰਕੇ ਕੀਰਤਨੀਏ ਕਿਉਂਕਿ ਪਹੁੰਚ ਨਹੀਂ ਸਕੇ ਗੋਲਾਬਾਰੀ ਹੋਣ ਕਰਕੇ, ਸਾਡੀ ਰਿਹਾਇਸ਼ ਉੱਥੇ ਹੋਣ ਕਰਕੇ ਜਾਂ ਬੱਚੇ ਹੋਣ ਕਰਕੇ ਮੈਂ ਉਦੋਂ ਮੈਨੂੰ ਸਤਿਗੁਰੂ ਨੇ ਬਖਸ਼ਿਸ਼ ਕੀਤੀ ਵੀ ਮੈਂ ਉੱਥੇ ਬਚਪਨ ਦੇ ਵਿੱਚ ਹੀ ਉੱਥੇ ਤਬਲੇ ਦੀ ਹਾਜ਼ਰੀ ਭਰੀ। ਹਾਲਾਂਕਿ ਹਰਿਮੰਦਰ ਸਾਹਿਬ ਦੇ ਅਸਥਾਨ ਦੀ ਇਹ ਮਰਿਆਦਾ ਹੈ ਵੀ ਜਦ ਤੱਕ ਸਿੰਘ ਦੇ ਦਾੜਾ ਨਹੀਂ ਆ ਜਾਂਦਾ ਉੱਥੇ ਉਹ ਕੀਰਤਨ ਨਹੀਂ ਕਰ ਸਕਦਾ, ਪਰ ਉਦੋਂ ਮੈਨੂੰ ਯਾਦ ਹੈ ਸਿੰਘ ਸਾਹਿਬ ਗਿਆਨੀ ਚਰਨ ਸਿੰਘ ਜੀ ਜੋ ਉੱਥੋਂ ਦੇ ਉਦੋਂ ਗ੍ਰੰਥੀ ਮੌਜੂਦਾ ਸੀ ਉਹਨਾਂ ਨੇ ਮੈਨੂੰ ਸਰੋਪਾ ਵੀ ਗੱਲ ਵਿੱਚ ਪਾਇਆ 12 ਸਾਲ ਦੀ ਉਮਰ ਦੇ ਵਿੱਚ। 12 ਸਾਲ ਦੀ ਉਮਰ ਦੇ ਵਿੱਚ ਇਹ ਵੀ ਕੁਦਰਤੀ ਬਖਸ਼ਿਸ਼ ਵਾਲੀ ਗੱਲ ਹੈ ਵੀ ਜੋ ਤਬਲੇ ਵਾਲਾ ਨਾਂ ਸੀ ਕੋਈ ਪਹੁੰਚਿਆ ਨਹੀਂ, ਸਤਿਗੁਰਾਂ ਵੱਲੋਂ ਹੀ ਸਬੱਬ ਹੈ ਬਣਿਆ ਕਿ ਤੁਹਾਨੂੰ ਉੱਥੇ ਦੀ ਸੇਵਾ ਮਿਲੀ ਵੱਡੇ ਭਾਗਾਂ ਵਾਲੇ ਹੋ ਤੁਸੀਂ ਕਿ ਇੰਨੀ ਛੋਟੀ ਉਮਰ ਦੇ ਵਿੱਚ ਵੀ ਤੁਹਾਨੂੰ ਐਸਾ ਸੁਭਾਗਾ ਜਿਹੜਾ ਸੁਭਾਗੀ ਜਿਹੜੀ ਸੇਵਾ
ਉਹ ਸਤਿਗੁਰਾਂ ਨੂੰ ਬਖਸ਼ਿਸ਼ ਕੀਤੀ। ਪਹਿਲੀ ਹਾਜ਼ਰੀ ਮੇਰੀ 12 ਸਾਲ ਦੀ ਉਮਰ 'ਚ ਹਰਿਮੰਦਰ ਸਾਹਿਬ ਲੱਗੀ। ਕਿਆ ਬਾਤ, ਕੁਦਰਤੀ ਇਹ ਕਹਿ ਲਓ ਵੀ ਕਲਾਈ ਵਸ਼ਮਾਈ ਦਾ ਹੁੰਦਾ ਸੀ। ਬਿਲਕੁਲ। ਅਤੇ ਉਸ ਤੋਂ ਬਾਅਦ ਮੇਰੀ ਜਿਹੜੀ ਨਿਯੁਕਤੀ ਹੋਈ ਆ ਉਹ ਹੋਈ ਆ 1994 ਵਿੱਚ। ਠੀਕ ਹੈ। 1994 ਵਿੱਚ ਜਿਹੜੇ ਪੰਥ ਪ੍ਰਸਿੱਧ ਕੀਰਤਨੀਏ ਜਿਹੜੇ ਭਾਈ ਸਾਹਿਬ ਭਾਈ ਗੁਰਮੇਲ ਸਿੰਘ ਜੀ, ਹਾਂਜੀ ਤੁਸੀਂ ਜਾਣਦੇ ਹੋਵੋਗੇ, ਜਿਹੜੇ ਨੇਤਰਹੀਣ ਨੇ ਜੀ ਜੀ, ਅਤੇ ਪੰਥ ਵਿੱਚ ਬੜਾ ਸਤਿਕਾਰਤ ਉਹਨਾਂ ਦਾ ਸਥਾਨ ਹੈ, ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਸਰੂਪ ਬ੍ਰੇਲ ਲਿਪੀ ਦੇ ਵਿੱਚ ਲਿਖਿਆ। ਠੀਕ ਹੈ। ਨੇਤਰਹੀਣਾਂ ਵਾਸਤੇ ਉਹਨਾਂ ਨੇ ਬਹੁਤ ਸੇਵਾ ਕੀਤੀ। ਉਹਨਾਂ ਨਾਲ ਮੇਰੀ ਹਰਿਮੰਦਰ ਸਾਹਿਬ ਬਤੌਰ ਤਬਲਾ ਪਲੇਅਰ, ਜੋੜੀ ਵਾਲਾ ਅਸੀਂ ਕਹਿੰਦੇ ਹਾਂ, ਤਬਲਾ ਪਲੇਅਰ ਨਹੀਂ ਗੁਰਮੁਖ ਸੰਗੀਤ ਆਖਿਆ ਜਾਂਦਾ, ਤਬਲੇ ਨੂੰ ਅਸੀਂ ਜੋੜੀ ਕਹਿੰਦੇ ਹਾਂ ਜਿਹੜੀ ਜੋੜ ਲਵੇ ਗੁਰੂ ਦੇ ਨਾਲ। ਹਾਂਜੀ। ਸੋ ਬਤੌਰ ਜੋੜੀ ਵਾਲਾ ਮੇਰੀ ਨਿਯੁਕਤੀ 1994 ਅਗਸਤ ਦੇ ਮਹੀਨੇ ਵਿੱਚ ਹੋਈ ਹਰਿਮੰਦਰ ਸਾਹਿਬ। ਹਾਂਜੀ। ਠੀਕ ਹੈ ਜੀ। ਸੋ ਨਿਯੁਕਤੀ ਤੋਂ ਭਾਵ ਜਾਣੀ ਕਿ ਤੁਸੀਂ ਐਜ਼ ਐਨ ਇੰਪਲੋਈ ਉੱਥੇ ਕੰਮ ਕੀਤਾ? ਐਜ਼ ਐਨ ਇੰਪਲੋਈ ਮੈਂ ਉੱਥੇ ਬਤੌਰ ਤਬਲਾ ਪਲੇਅਰ ਭਾਈ ਸਾਹਿਬ ਜੀ ਨਾਲ ਸ਼ੁਰੂ ਹੋਇਆ, ਅਤੇ ਉਸ ਤੋਂ ਬਾਅਦ ਮੇਰਾ ਬਾਹਰ ਆਉਣ ਦੀ ਕੋਈ ਲਾਲਸਾ ਨਹੀਂ ਸੀ। ਠੀਕ। ਕੋਈ ਮੇਰਾ ਮਤਲਬ ਹਰਿਮੰਦਰ ਸਾਹਿਬ ਦੀ ਜੋ ਓਫਿਸ਼ਲੀ ਮੈਂ ਜਿਹੜੀ ਸੇਵਾ ਸ਼ੁਰੂ ਜਦੋਂ ਕੀਤੀ, ਉਸ ਤੋਂ ਪਹਿਲਾਂ ਮੈਂ ਇੰਗਲੈਂਡ ਜਾਂ ਇੱਕ ਦੋ ਕੰਟਰੀ 'ਚ ਮੈਂ ਜਾ ਆਇਆ ਸੀ। ਸੋ ਮੇਰਾ ਕੋਈ ਵਧੀਆ ਐਕਸਪੀਰੀਅੰਸ ਨਹੀਂ ਰਿਹਾ ਗੁਰੂ ਘਰਾਂ 'ਚ ਰਹਿਣ ਦਾ, ਪ੍ਰਬੰਧ ਜਾਂ ਇਸ ਤਰ੍ਹਾਂ ਵੀ ਨੌਜਵਾਨ ਵੀ ਸੀ। ਹਾਂਜੀ। ਅਤੇ ਮੈਨੂੰ ਕੋਈ ਬਾਹਰ ਜਾਣ ਦਾ ਚਾਅ ਨਾ ਹੋਣ ਕਰਕੇ, ਅਤੇ ਭਾਈ ਸਾਹਿਬ ਗੁਰਮੇਲ ਸਿੰਘ ਭਾਈ ਸਾਹਿਬ ਜੀ ਦੀ ਜਿਹੜਾ ਪ੍ਰੋਗਰਾਮ ਬਣਿਆ ਥਾਈਲੈਂਡ ਜਾਣ ਦਾ, ਅਤੇ ਦਾਸ ਨੇ ਕਿਹਾ ਵੀ ਮੈਂ ਤਾਂ ਬਾਹਰ ਜਾਣਾ ਨਹੀਂ। ਹਾਂਜੀ। ਅਤੇ ਉਹ ਕਾਰਨ ਕਰਕੇ ਮੈਨੂੰ ਫਿਰ ਮੇਰੀ ਜਿਹੜੀ ਨਿਯੁਕਤੀ ਫਿਰ ਭਾਈ ਮਨਜੀਤ ਸਿੰਘ ਦੀ ਹਜ਼ੂਰੀ ਲੱਗੀ, ਉਹ ਵੀ ਬੜੇ ਹੋਣਹਾਰ ਕੀਰਤਨੀਏ ਨੇ, ਉਹਨਾਂ ਨਾਲ ਹੋਈ। ਠੀਕ ਹੈ। ਅਤੇ ਇਸ ਤਰ੍ਹਾਂ ਫਿਰ ਐਜ਼ ਅ ਸਹਾਇਕ ਐਜ਼ ਏ ਤਬਲੇ 'ਤੇ। ਅੱਛਾ, ਤਬਲੇ 'ਤੇ। ਠੀਕ। ਤਬਲੇ 'ਤੇ ਹੀ ਗੁਰੂ ਸਾਹਿਬ ਨੇ ਇੰਨੀ ਬਖਸ਼ਿਸ਼ ਕੀਤੀ ਸੀ ਵੀ ਕੀਰਤਨੀਆਂ ਦੀ ਅਸੀਸ ਇੰਨੀ ਸੀ, ਮਾਹੌਲ ਹੀ ਇਹੋ ਜਿਹਾ ਘਰ ਵਿੱਚ ਮਿਲਿਆ ਵੀ ਰੋਜ਼ ਕੀਰਤਨੀਆਂ ਨੇ ਆਉਣਾ, ਕੀਰਤਨੀਆਂ ਨੇ ਮੈਨੂੰ ਖਿਡਾਉਣਾ, ਅਤੇ ਤਬਲੇ 'ਤੇ ਬੈਠ ਕੇ ਅਲਾਪ ਲਾਉਣੇ, ਤਬਲੇ 'ਤੇ ਬੈਠ ਕੇ ਹੀ ਪ੍ਰਮਾਣ ਗੁਰਬਾਣੀ ਦੇ ਬੋਲਣੇ ਜੀ, ਅਤੇ ਤਬਲੇ 'ਤੇ ਬਹੁਤ ਘੱਟ ਇਹ ਮੌਕਾ ਮਿਲਦਾ ਜੋੜੀ ਵਾਲੇ ਸਿੰਘਾਂ ਨੂੰ ਵੀ ਉਹ ਆਸਾ ਕੀ ਵਾਰ ਦੇ ਸਲੋਕ ਗਾਇਨ ਕਰਨ, ਅਲਾਪ ਲਾਉਣ, ਤਾਨਾ ਲਾਉਣ। ਉਹ ਸਮੇਂ ਦੇ ਵਿੱਚ ਬੜੇ ਆਸ਼ੀਰਵਾਦ ਜਿਹੜੇ ਬਜ਼ੁਰਗਾਂ ਤੋਂ ਪ੍ਰਾਪਤ ਹੋਏ, ਅਤੇ ਗੁਰੂ ਸਾਹਿਬ ਦੀਆਂ ਬਖਸ਼ਿਸ਼ਾਂ ਦਰਬਾਰ ਦੀਆਂ ਪ੍ਰਾਪਤ ਹੋਈਆਂ। ਚਲੋ, ਉਦੋਂ ਤਾਂ ਤੁਹਾਨੂੰ ਬਾਹਰ ਆਉਣਾ ਪਸੰਦ ਨਹੀਂ ਸੀ, ਪਰ ਅੱਜ ਅਸੀਂ ਬਾਹਰਲੀ ਧਰਤੀ 'ਤੇ ਬੈਠੇ ਹਾਂ, ਪੰਜਾਬ ਤੋਂ ਬਾਹਰ ਦੂਰ। ਇਹ ਵੀ ਸੋ ਇਹ ਸਬੱਬ ਕਦੋਂ ਬਣਿਆ, ਕਦੋਂ ਅਮਰੀਕਾ ਆਏ ਅਤੇ ਕਿਵੇਂ ਇੱਥੇ ਦਾ ਸਫ਼ਰ ਚੱਲਿਆ ਫਿਰ? ਇਹ ਬੜੀ ਲੰਮੀ ਕਹਾਣੀ ਹੈ, ਪਰ ਮੈਂ ਉਹਨੂੰ ਬਰੀਫਲੀ ਇੰਨਾ ਹੀ ਦੱਸ ਸਕਦਾ ਕਿ ਘਰ ਦੀ ਹਾਲਤ ਜਿਹੜੀ ਫਾਈਨੈਂਸ਼ਲੀ ਕੁਝ ਇਸ ਲੈਵਲ 'ਤੇ ਚਲੇਗੀ, ਜਦ ਉੱਦਾਂ ਸਤਿਗੁਰੂ ਦੀ ਬੜੀ ਬਖਸ਼ਿਸ਼ ਸੀ, ਪਰ ਕੁਝ ਕਾਰਨ ਐਸੇ ਬਣੇ ਵੀ ਆਰਥਿਕ ਜਿਹੜੀ ਸਥਿਤੀ ਆ ਉਹ ਕੁਝ ਇੱਦਾਂ ਦੀ ਬਣ ਗਈ ਵੀ ਮੈਨੂੰ ਜਿਵੇਂ ਕਹਿ ਲਓ ਵੀ ਗੁਰੂ ਰਾਮਦਾਸ ਪਾਤਸ਼ਾਹ ਨੇ ਇਹ ਕਹਿ ਲਓ ਵੀ ਹੁਕਮ ਹੀ ਲਾਤਾ ਵੀ ਨਹੀਂ ਹੁਣ ਤੇਰੀ ਵਾਰੀ, ਹੁਣ ਜਾਣ ਦੀ, ਹੁਣ ਤੈਨੂੰ ਜਾਣਾ ਪੈਣਾ। ਅਤੇ ਬਾਣੀ ਦਾ ਕਥਨ ਵੀ ਹੈ, ਜਹਾਂ ਦਾਣੇ ਤਾਹਾਂ ਖਾਣੇ, ਨਾਨਕਾ ਸੱਚ ਹੈ। ਅਤੇ ਉਹਨੂੰ ਟਾਲਿਆ ਨਹੀਂ ਜਾ ਸਕਦਾ, ਬੰਦਾ ਮਤਾ ਕਰੇ ਪੱਛਮ ਕੇ ਤਾਂ ਹੀ ਪੂਰਬ ਹੀ ਲੈ ਜਾਤ। ਹਾਂਜੀ। ਅਤੇ ਇਹ ਕਾਰਨ ਬਣਿਆ। ਅਤੇ ਮੈਂ ਪਹਿਲਾਂ ਕੈਨੇਡਾ ਆਇਆ, ਫਿਰ US ਵਿੱਚ ਮੈਂ ਵਿਚਰਿਆ ਥੋੜ੍ਹਾ ਚਿਰ, ਅਤੇ ਫਿਰ ਵਾਸ਼ਿੰਗਟਨ DC ਦੀ ਧਰਤੀ 'ਤੇ ਤਕਰੀਬਨ 98 ਦੇ ਅਖੀਰਲੇ ਦਿਨਾਂ 'ਚ ਮੈਂ ਫਿਰ ਸੋਰੀ 99 ਵਿੱਚ 1999 ਦੇ ਵਿੱਚ ਮੈਂ ਨਵੰਬਰ ਦੇ ਮਹੀਨੇ ਫਿਰ ਵਾਸ਼ਿੰਗਟਨ DC ਤੁਹਾਡੇ ਕੋਲ ਇਸ ਏਰੀਏ 'ਚ ਆਇਆ। ਸੋ ਭਾਈ ਸਾਹਿਬ ਜੀ, ਤੁਹਾਡੀ ਜ਼ਿੰਦਗੀ ਦਾ ਜੋ ਤਾਲਮੇਲ ਹੈ ਇਸ ਨੂੰ ਅਸੀਂ ਜਾਰੀ ਰੱਖਦੇ ਹਾਂ, ਇਸ 'ਤੇ ਗੱਲਬਾਤ ਜੋ ਚਰਚਾ ਚੱਲ ਰਹੀ ਹੈ, ਪਰ ਉਸ ਤੋਂ ਪਹਿਲਾਂ ਲੈਂਦੇ ਹਾਂ ਇੱਕ ਛੋਟਾ ਜਿਹਾ ਬ੍ਰੇਕ। ਯੂਨਾਈਟਿਡ ਪੰਜਾਬੀ ਪੇਸ਼ ਕਰਦੇ ਨੇ ਆਵਾਜ਼ਾਂ ਪੰਜਾਬ ਦੀਆਂ, ਜਿਸ ਵਿੱਚ ਤੁਹਾਡਾ ਮਨੋਰੰਜਨ ਕਰਨਗੇ ਗੁਰਨਾਮ ਪੁੱਲਰ। ਤੇਰੇ ਗੁੱਟ ਨੂੰ ਕਲਾ ਸਰਦਾਰਨੀਏ, ਡਾਇਮੰਡ ਦੀ ਚਾਦਰ ਪਾ ਦਾਂਗੇ, ਹੁਣ ਤੱਕ ਕਰਦਾ ਕੈਨੇਡਾ ਚ ਡਰਾਈਵਰੀ, ਰਿਸ਼ਤਾ ਕਰਾਵਾਂ ਤੈਨੂੰ ਸਾਲੀਏ। ਅੰਮ੍ਰਿਤ ਮਾਨ ਸਤੰਬਰ 2018 ਦਿਨ ਸ਼ਨੀਵਾਰ ਨੂੰ ਸਾਰਿਕਾ ਗਿੱਲ, ਕੁਮਾਰ ਵਿਰਕ, ਬੈਂਗ ਬੈਂਗ ਹਰ ਪਾਸੇ ਕਰੀ ਹੋਈ, ਨਿਸ਼ਾ ਬਾਨੋ, ਬੋਲਰਨ ਪਾਰਕ ਵਰਜੀਨੀਆ ਵਿਖੇ, UnitedPunjabi.com ਵਧੇਰੀ ਜਾਣਕਾਰੀ ਲਈ ਸੰਪਰਕ ਕਰੋ 571-308-9131।
Hi, my name is Kuldeep Gill. I'm broker of Sky Realty. The reason we are so successful because clients trust us. I've been doing this my whole life. My team is my wife, my office manager, and my agents. We look forward to earn your business and we do speak your language. Thank you. ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪ੍ਰੋਗਰਾਮ ਦੇ ਵਿੱਚ ਸਰੋਤਿਆਂ ਦਾ ਇੱਕ ਵਾਰੀ ਫਿਰ ਤੋਂ ਸਵਾਗਤ ਹੈ। ਗੱਲ ਜਾਰੀ ਕਰਦੇ ਹਾਂ ਭਾਈ ਸੁਰਿੰਦਰ ਸਿੰਘ ਜੀ ਹੋਣਾ ਦੇ ਨਾਲ ਗੁਰਮਤ ਸੰਗੀਤ ਦੀ। ਸੋ ਭਾਈ ਸਾਹਿਬ ਜੀ ਹੋਣਾ ਦੇ ਪਿਛੋਕੜ ਬਾਰੇ ਜਾਣਿਆ, ਉਹਨਾਂ ਦੀ ਜ਼ਿੰਦਗੀ, ਉਹਨਾਂ ਦਾ ਕਿਵੇਂ ਇੱਧਰ ਆਉਣਾ ਹੋਇਆ। ਸੋ ਭਾਈ ਸਾਹਿਬ ਜੀ, ਹੁਣ ਤੱਕ ਜਿੰਨੀ ਵੀ ਆਪਣੀ ਗੱਲਬਾਤ ਚੱਲੀ ਹੈ, ਤੁਸੀਂ ਸਾਨੂੰ ਦੱਸਿਆ ਕਿ ਤੁਸੀਂ ਜੋੜੀ 'ਤੇ ਸੇਵਾ ਕੀਤੀ ਹੈ। ਹਾਂਜੀ। ਸੋ ਜੋੜੀ ਤੋਂ ਜਿਹੜਾ ਵਾਜੇ ਤੱਕ ਦਾ ਸਫ਼ਰ ਹੈ, ਉਹ ਕਿੱਥੇ ਹੋਇਆ, ਕਿਵੇਂ ਮੁੜਿਆ ਤੁਸੀਂ ਜੋੜੀ ਛੱਡ ਕੇ? ਜੋੜੀ ਛੱਡ ਕੇ ਤਾਂ ਨਹੀਂ ਕਹਿ ਸਕਦੇ, ਪਰ ਜੋੜੀ ਦੇ ਨਾਲ ਨਾਲ ਤੁਸੀਂ ਜਿਹੜੀ ਵਾਜੇ 'ਤੇ ਜੋ ਕੀਰਤਨ ਦੀ ਸੇਵਾ ਨਿਭਾਉਣੀ, ਉਹ ਕਦੋਂ ਸ਼ੁਰੂ ਕੀਤੀ? ਦੇਖੋ, ਕੀਰਤਨ ਦੀ ਸੇਵਾ ਨਿਭਾਉਣੀ ਤਾਂ ਉਦੋਂ ਹੀ ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਦਰਬਾਰ ਤੋਂ ਹੀ ਸ਼ੁਰੂ ਹੋ ਗਈ ਸੀ ਜੀ। ਕਿਉਂਕਿ ਜਦੋਂ ਮੇਰੀ ਨਿਯੁਕਤੀ ਬਤੌਰ ਜੋੜੀ ਵਾਲਾ ਹੋਈ ਅਤੇ ਭਾਈ ਸਾਹਿਬ ਭਾਈ ਗੁਰਮੇਜ ਸਿੰਘ ਹੋਣਾ ਨੇ ਮੈਨੂੰ ਇਹ ਹੁਕਮ ਲਾਇਆ ਵੀ ਤੈਨੂੰ ਆਸਾ ਦੀ ਵਾਰ ਦੇ ਸਲੋਕ ਵੀ ਗਾਇਨ ਕਰਨੇ ਪੈਣਗੇ। ਉਹਨਾਂ ਤੋਂ ਬਾਅਦ ਭਾਈ ਮਨਜੀਤ ਸਿੰਘ, ਭਾਈ ਨਰਿੰਦਰ ਸਿੰਘ ਜੀ ਬੜੇ ਵਿਦਵਾਨ ਕੀਰਤਨੀ ਪੰਥ ਦੇ ਹੈਗੇ ਨੇ, ਸਾਡੇ ਬਨਾਰਸ ਵਾਲੇ ਉਹਨਾਂ ਨੂੰ ਆਖਿਆ ਜਾਂਦਾ। ਠੀਕ ਹੈ। ਅਤੇ ਉਹਨਾਂ ਨੇ ਮੈਨੂੰ ਇਨਕਰੇਜ ਕੀਤਾ ਵੀ ਤੂੰ ਅਲਾਪ ਲਾਉਣੇ ਆ, ਨਾਲ ਤਾਨਾ ਵੀ ਲਾਉਣੀ ਆ। ਤਾਨਾ ਅਲਾਪ ਮੋਸਟਲੀ ਤਬਲੇ ਵਾਲੇ ਨਹੀਂ ਲਾਉਂਦੇ। ਠੀਕ ਹੈ। ਮੈਂ ਇੱਥੇ ਸੋਰੀ ਤੁਹਾਨੂੰ ਕੱਟ ਰਿਹਾ, ਮੈਂ ਪੁੱਛਣਾ ਚਾਹਾਂਗਾ ਕਿ ਅਲਾਪ ਤਾਨਾ ਇਹਨਾਂ ਨੂੰ ਡਿਫਾਈਨ ਕਰੋ, ਕਿਉਂਕਿ ਹੁਣ ਜਿਵੇਂ ਮੈਨੂੰ ਵੀ ਨਹੀਂ ਪਤਾ। ਅਲਾਪ ਦਾ ਮਤਲਬ ਹੈ ਆਕਾਰ ਦੇ ਵਿੱਚ ਆ ਨੂੰ ਲੈ ਕੇ। ਵੈਸੇ ਤਾਂ ਗੁਰਮੁਖ ਸੰਗੀਤ ਵਿੱਚ ਅਲਾਪ, ਬੋਲ ਅਲਾਪ ਯੂਜ਼ ਕੀਤੇ ਜਾਂਦੇ, ਗੁਰਬਾਣੀ ਦੀ ਪੰਕਤੀ ਦੀ ਵਰਤੋਂ ਕਰਕੇ ਉਹਨੂੰ ਆਕਾਰ ਵਿੱਚ ਲੈ ਕੇ ਉਹਨੂੰ ਚੈਂਟ ਕਰਨਾ, ਉਹਨੂੰ ਅਲਾਪ ਆਖਿਆ ਜਾਂਦਾ। ਅਤੇ ਤਾਨਾ ਜਿਹੜੀਆਂ ਨੇ, ਜਿਵੇਂ ਆਪਾਂ ਹੁਣ ਭੈਰੋਂ ਰਾਜ ਮੈਂ ਤੁਹਾਨੂੰ ਜਿਵੇਂ ਸਰਗਮ ਗਾਉਂਦੇ ਹਾਂ, ਸਾ 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 ਰੇ 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 ਗਾ 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 ਮਾ ਮਾ ਮਾ, ਹੁਣ ਇਹਨੂੰ ਆਕਾਰ ਦੇ ਵਿੱਚ ਆ ਦੇ ਰੂਪ ਵਿੱਚ ਜੇ ਇਹਨੂੰ ਗਾਉਂਦੇ ਹਾਂ ਅਤੇ ਉਹ ਜਿਹੜੀ ਆ ਤਾਨ ਬਣ ਜਾਏਗੀ। ਠੀਕ। ਪਰ ਗੁਰਮੁਖ ਸੰਗੀਤ ਦੇ ਵਿੱਚ ਬੋਲ ਤਾਨ ਬੋਲ ਅਲਾਪ ਹੀ ਜਿਹੜੇ ਨੇ, ਸ਼ਬਦ ਬਾਂਟ ਵੀ ਉਹਨੂੰ ਕਿਹਾ ਜਾਂਦਾ, ਵੀ ਗੁਰਬਾਣੀ ਨੂੰ ਹੀ ਉੱਤੇ ਰੱਖ ਕੇ ਤੁਸੀਂ ਇਹ ਜਿਹੜੇ ਸਕਿੱਲਸ ਨੇ ਇਹ ਉਹਨਾਂ ਦੀ ਵਰਤੋਂ ਕਰਨੀ ਹੈ, ਪ੍ਰੈਜੈਂਟੇਸ਼ਨ ਕਰਨੀ। ਹਾਂਜੀ, ਪ੍ਰੈਜੈਂਟੇਸ਼ਨ ਕਰਨੀ ਹੈ। ਠੀਕ ਹੈ ਜੀ। ਸੋ ਤੁਸੀਂ ਕਾਫੀ ਪੰਥ ਦੀਆਂ ਜੋ ਮਹਾਨ ਸ਼ਖਸੀਅਤਾਂ ਨੇ ਉਹਨਾਂ ਦੇ ਨਾਮ ਲਏ, ਤੁਸੀਂ ਫਿਰ ਵਿੱਦਿਆ ਕਿੱਥੋਂ ਪ੍ਰਾਪਤ ਕੀਤੀ? ਮੇਰੀ ਮੁੱਢਲੀ ਵਿੱਦਿਆ ਜਿਹੜੀ ਆ ਉਹ ਪ੍ਰੋਫੈਸਰ ਵੇਲ ਸਿੰਘ ਅੰਮ੍ਰਿਤਸਰ, ਬੜੇ ਮਸ਼ਹੂਰ ਅਤੇ ਸੁਘੜ ਉਸਤਾਦ ਨੇ, ਉਹਨਾਂ ਕੋਲ ਗਾਹੇ ਬਗਾਹੇ ਉਹਨਾਂ ਨਾਲ ਵੀ ਮੈਂ ਤਬਲੇ ਦੀ ਸੇਵਾ ਕਰਿਆ ਕਰਦਾ ਸੀ। ਇਹ ਮੇਰੇ ਲਈ ਇੱਕ ਓਪਰਚੁਨਿਟੀ ਸੀ, ਨਾਲ ਉਹਨਾਂ ਨੇ ਰਾਗਾਂ ਦੇ ਬਾਰੇ ਦੱਸਣਾ। ਭਾਈ ਸਾਹਿਬ ਭਾਈ ਬਲਬੀਰ ਸਿੰਘ ਜੀ ਜਿਹੜੇ ਪੰਥ ਦੇ ਪ੍ਰਸਿੱਧ ਕੀਰਤਨੀਏ ਨੇ, ਉਹ ਸਾਡੇ ਗੁਆਂਢ ਹੁੰਦੇ ਸੀ। ਉਹਨਾਂ ਕੋਲ ਜਾ ਕੇ ਰੋਜ਼ ਹੀ ਮੇਰਾ ਮਤਲਬ ਪੱਕਾ ਹੀ ਹੁੰਦਾ ਸੀ, ਮੈਂ ਉਹਨਾਂ ਕੋਲ ਜਾ ਕੇ 2-4 ਘੰਟੇ ਰਹਿਣਾ ਹੀ ਰਹਿਣਾ। ਠੀਕ ਹੈ। ਫਿਰ ਪ੍ਰੋਫੈਸਰ ਕਰਤਾਰ ਸਿੰਘ ਪੰਥ, ਪ੍ਰਸਿੱਧ ਵਿਦਵਾਨ ਜਿਨ੍ਹਾਂ ਨੇ ਬਹੁਤ ਕੀਰਤਨ ਦੀਆਂ ਗੁਰਮੁਖ ਸੰਗੀਤ ਦੀਆਂ ਬੁੱਕਸ ਲਿਖੀਆਂ ਨੇ, ਉਹ ਹਰਿਮੰਦਰ ਸਾਹਿਬ ਜਦੋਂ ਆਉਂਦੇ ਸੀ ਤਬਲੇ ਦੀ ਸੇਵਾ ਹਮੇਸ਼ਾ ਦਾਸ ਨੂੰ ਮਿਲਦੀ ਸੀ। ਫਿਰ ਉਦੋਂ ਰਾਗਾਂ ਦੀਆਂ ਕਈ ਚੀਜ਼ਾਂ ਪੁੱਛਣੀਆਂ ਸੀ ਵੀ ਸਾਨੂੰ ਵੀ ਸਿਖਾਓ। ਅਤੇ ਇੱਦਾਂ ਸਾਰੇ ਹੀ ਕੀਰਤਨੀਏ, ਭਾਈ ਨਿਰਮਲ ਸਿੰਘ ਜੀ ਖਾਲਸਾ, ਉਹਨਾਂ ਨਾਲ ਮੈਨੂੰ ਰਿਕਾਰਡਿੰਗ ਦਾ ਬਹੁਤ ਸਾਰੇ, ਤਕਰੀਬਨ 70 ਤੋਂ ਉੱਤੇ ਜਿਹੜੀਆਂ ਕੀਰਤਨ ਰਿਕਾਰਡਿੰਗਸ ਦੇ ਨਾਲ ਮੈਨੂੰ ਤਬਲੇ ਦਾ ਮੌਕਾ ਮਿਲਿਆ। ਸੋ ਡਿਊਰਿੰਗ ਦਿਸ, ਜਦੋਂ ਅਸੀਂ ਸਟੂਡੀਓ 'ਚ ਰਿਕਾਰਡਿੰਗ ਕਰਦੇ ਸੀ, ਇੱਕ ਉਦੋਂ ਸੀਡੀ ਕੈਸੈਟ ਚੱਲਦੀਆਂ ਹੁੰਦੀਆਂ ਸੀ, ਸੋ 4-4 ਦਿਨ ਉਹਦੀ ਰਿਕਾਰਡਿੰਗ ਦੀ ਪ੍ਰੈਕਟਿਸ ਹੋਣੀ, ਉਹ ਬੰਦਿਸ਼ਾਂ ਨੂੰ ਵਾਰ ਵਾਰ ਗਾਉਣਾ। ਸੋ ਉਹ ਬੇਸਿਕਲੀ, ਜੇ ਮੈਂ ਇਮਾਨਦਾਰੀ ਨਾਲ ਆਖਾਂ
ਤੇ ਉਹ ਜਿਹੜਾ ਰਿਆਜ਼ ਸੀ ਉਹ ਰਿਹਰਸਲ ਸੀ ਉਹ ਬਾਰ ਬਾਰ ਉਹ ਮਹਾਨ ਕੀਰਤਨੀਆਂ ਨੇ ਭਾਈ ਹਰੀ ਸਿੰਘ ਜਿਨ੍ਹਾਂ ਨੇ 50 ਸਾਲ ਤੋਂ ਵੱਧ ਕੀਰਤਨ ਹਰਿਮੰਦਰ ਸਾਹਿਬ ਉਮਰ 52 ਸਾਲ ਹਰਿਮੰਦਰ ਸਾਹਿਬ ਕੀਰਤਨ ਕੀਤਾ ਜੀ ਹੁਣ ਉਹਨਾਂ ਦੇ ਨਾਲ ਬੈਠ ਕੇ ਜਦੋਂ ਪ੍ਰੈਕਟਿਸ ਕਰਨੀ ਸਹਿ ਸੁਭਾਏ ਉਹ ਕੰਪੋਜੀਸ਼ਨਾਂ ਜਿਹੜੀਆਂ ਮੈਨੂੰ ਯਾਦ ਹੋ ਗਈਆਂ ਪਰ ਫਿਰ ਵੀ ਬੜੀ ਗੱਲ ਹੈ ਕਿਉਂਕਿ ਸਿੱਖੀ ਦੇ ਵਿੱਚ ਤਾਂ ਹੈ ਹੀ ਹੈ ਕਿ ਜੋ ਪਿਓ ਹੈ ਉਹ ਜ਼ਰੂਰੀ ਨਹੀਂ ਹੈ ਕਿ ਉਹ ਪੁੱਤ ਹੋਵੇ ਹਾਂਜੀ ਠੀਕ ਹੈ ਨਾ ਉਹ ਤਾਂ ਬ੍ਰਾਹਮਣਵਾਦੀਆਂ ਦਾ ਕਾਸਟ ਸਿਸਟਮ ਕਿ ਜੇ ਜ਼ਿਮੀਦਾਰ ਆ ਤੇ ਪਿਓ ਤੇ ਉਹਦਾ ਪੁੱਤ ਵੀ ਜ਼ਿਮੀਦਾਰ ਹੋਵੇ ਭਾਵੇਂ ਕਿ ਤੁਹਾਡੇ ਪਿਤਾ ਜੀ ਜੋ ਨੇ ਉਹ ਕੀਰਤਨੀਆਂ ਸੀਗੇ ਪਰ ਇਹ ਕੋਈ ਚੀਜ਼ ਜ਼ਰੂਰੀ ਨਹੀਂ ਸੀ ਹਾਂਜੀ ਪਰ ਆਫਟਰ ਆਲ ਕਿਤੇ ਨਾ ਕਿਤੇ ਪਰਮਾਤਮਾ ਨੇ ਤੁਹਾਡੇ ਅੰਦਰ ਇਸ ਚੀਜ਼ ਦੇ ਬਾਰੇ ਖਿੱਚ ਪੈਦਾ ਕੀਤੀ ਇਸ ਚੀਜ਼ ਦਾ ਸ਼ੌਂਕ ਸੀਗਾ ਕਿ ਤੁਸੀਂ ਲੱਗੇ ਰਹੇ ਕਿਉਂਕਿ ਜੇ ਬੱਦੋ ਰਤਾ ਵੀ ਬੰਦਾ ਜੇ ਬੰਦਿਸ਼ ਦੇ ਵਿੱਚ ਰਹਿ ਕੇ ਵੀ ਕਰੇ ਤਾਂ ਤੁਸੀਂ ਉਹਨਾਂ ਕੀ ਕਰਦੇ ਹੋ ਹਾਂਜੀ ਪਰ ਤੁਸੀਂ ਬੜੇ ਸ਼ੌਂਕ ਦੇ ਨਾਲ ਵੱਖ ਵੱਖ ਕੀਰਤਨੀਆਂ ਦੇ ਨਾਲ ਜਾ ਕੇ ਉਪਰਾਲੇ ਕਰਕੇ ਇਹ ਜੋ ਚੀਜ਼ ਹੈ ਨਾ ਕਿ ਇਕੱਲੀ ਜੋੜੀ ਦੀ ਪਰ ਨਾਲ ਕੀਰਤਨ ਦੀ ਵੀ ਜੋ ਹੈ ਨੌਲੇਜ ਉਹ ਤੁਸੀਂ ਇਕੱਠੀ ਕੀਤੀ ਜੋ ਕਲਾ ਹੈ ਉਹਨੂੰ ਹਾਸਿਲ ਕੀਤਾ ਬਿਲਕੁਲ ਬਿਲਕੁਲ ਇਹ 'ਚ ਕੋਈ ਸ਼ੱਕ ਨਹੀਂ ਜਦੋਂ ਵੀ ਕਿਸੇ ਕੀਰਤਨੀਏ ਨੇ ਸਾਡੇ ਘਰ ਆਉਣਾ ਰਹਿਣਾ ਬਾਹਰੋਂ ਜਿਵੇਂ ਪ੍ਰਿੰਸੀਪਲ ਬਲਦੇਵ ਸਿੰਘ ਬੜੇ ਮਸ਼ਹੂਰ ਕੀਰਤਨੀ ਹੋਏ ਨੇ ਉਹਨਾਂ ਕਈ ਦਿਨ ਆ ਕੇ ਸਾਡੇ ਕੋਲ ਜਦੋਂ ਰਹਿਣਾ ਅਤੇ ਹਰਿਮੰਦਰ ਸਾਹਿਬ ਓਬਵੀਅਸਲੀ ਉਦੋਂ ਹਾਜ਼ਰੀ ਭਰਨੀ ਜੀ ਅਤੇ ਉਹ ਜਿਹੜੀ ਤਿਆਰੀ ਉਹਨਾਂ ਨੇ ਕਰਾਉਣੀ ਮੈਨੂੰ ਮੰਜੀ ਸਾਹਿਬ ਕੀਰਤਨ ਦਰਬਾਰ ਹੋਣੇ ਉਹਦੇ ਵਿੱਚ ਮੈਨੂੰ ਨਾਲ ਲੈ ਜਾਣਾ ਤਬਲੇ 'ਤੇ ਅਤੇ ਔਖੇ ਤਾਲ ਉਹਨਾਂ ਨੇ ਗਾਇਨ ਕਰਨੇ ਮੈਨੂੰ ਯਾਦ ਆ ਪ੍ਰੋਫੈਸਰ ਕਰਤਾਰ ਸਿੰਘ ਜੀ ਹੁਣ ਤਾਂ ਉਹ 80 ਮੇਰੇ ਖਿਆਲ 80-85 ਸਾਲ ਦੀ ਉਮਰ ਹੈ ਬਹੁਤ ਮਹਾਨ ਸ਼ਖਸੀਅਤ ਨੇ ਉਹਨਾਂ ਨੇ ਔਖੇ ਤਾਲ ਗਾਉਣੇ ਉਹ ਉਹਨਾਂ ਦੀ ਮਤਲਬ ਉਹ ਕੀਰਤਨੀ ਨਾ 9 ਮਾਤਰਾ 11 ਮਾਤਰਾ 9.5 ਮਾਤਰਾ ਅਤੇ ਉਹਨਾਂ ਫਿਰ ਮੈਨੂੰ ਤਾਲ ਸਿਖਾਉਣੇ ਫਿਰ ਉਹ ਬੰਦਿਸ਼ਾਂ ਨੂੰ ਗਾਇਨ ਕਰਕੇ ਦੱਸਣਾ ਵੀ ਇੱਥੇ ਇੱਥੇ ਇੰਜਨ 'ਚ ਵੱਜਣਾ ਅਤੇ ਉਹ ਸਭ ਤੋਂ ਮੈਂ ਕਹਿੰਦਾ ਬੜਾ ਇਫੈਕਟਿਵ ਤਰੀਕਾ ਮੈਨੂੰ ਮਹਾਰਾਜ ਨੇ ਇਹ ਬਖਸ਼ਿਸ਼ ਕੀਤੀ ਵੀ ਇਕੱਲਾ ਮੈਨੂੰ ਕੀਰਤਨ ਬੰਦਿਸ਼ਾਂ ਯਾਦ ਨਹੀਂ ਹੋਈਆਂ ਸਿਖਾਉਣਾ ਵੀ ਆ ਗਿਆ ਠੀਕ ਵੀ ਹੁਣ ਬੱਚਿਆਂ ਨੂੰ ਜਦੋਂ ਸਿਖਾਈਦਾ ਅਤੇ ਉਹ ਜਿੱਦਾਂ ਉਹਨਾਂ ਨੇ ਸਿਖਾਇਆ ਹੁਣ ਸਾਨੂੰ ਬੜੇ ਸੁਖੈਨ ਤਰੀਕੇ ਨਾਲ ਔਖੀਆਂ ਔਖੀਆਂ ਪੜਤਾਲਾਂ ਜਿਹੜੀਆਂ ਨੇ ਸਹਿ ਸੁਭਾਏ ਜਿਵੇਂ ਕਹਿ ਲਓ ਵੀ ਗੁਰੂ ਸਾਹਿਬ ਨੇ ਬਖਸ਼ਿਸ਼ ਕਰਕੇ ਹੀ ਝੋਲੀ ਪਾਏ ਨੇ ਵੀ ਉਹ ਜਿਹੜੀ ਓਪਰਚੁਨਿਟੀ ਮੌਕਾ ਮਿਲਦਾ ਰਿਹਾ ਗੁਣੀ ਜਣਾਂ ਦੇ ਨਾਲ ਜੋੜੀ ਵਜਾਉਣ ਦਾ ਜੀ ਅਤੇ ਮੈਂ ਨਹੀਂ ਸਮਝਦਾ ਵੀ ਉਹ ਕਿਸੇ PhD ਨਾਲੋਂ ਘੱਟ ਹੈ ਉਹਨਾਂ ਨਾਲ ਬਹਿਣਾ ਉਹਨਾਂ ਦੀ ਸੇਵਾ ਕਰਨੀ ਅਤੇ ਉਹਨਾਂ ਕੋਲੋਂ ਸਿੱਖਣਾ ਇਹ ਬਸ ਇਹਦਾ ਸ਼ੁਕਰ ਜਿਹੜਾ ਹੈ ਉਹ ਸ਼ਬਦਾਂ 'ਚ ਬਿਆਨ ਨਹੀਂ ਕੀਤਾ ਜਾ ਸਕਦਾ ਹਾਂਜੀ ਹੁਣ ਅਸੀਂ ਫੋਕਸ ਜਿਹੜਾ ਤੁਹਾਡੀ ਜ਼ਿੰਦਗੀ ਤੋਂ ਗੁਰਮਤਿ ਸੰਗੀਤ ਵੱਲ ਲੈ ਕੇ ਚੱਲਦੇ ਹਾਂ ਹੁਣ ਮੇਰੇ ਵਰਗਾ ਬੰਦਾ ਜਿਹੜਾ ਸੰਗੀਤ ਤੋਂ ਹੀ ਨਾ ਉਹਨੂੰ ਜੇ ਮੈਂ ਤੁਹਾਨੂੰ ਪੁੱਛਾਂ ਕਿ ਭਾਈ ਸਾਹਿਬ ਜੀ ਤੁਸੀਂ ਦੱਸੋ ਕਿ ਗੁਰਮਤਿ ਸੰਗੀਤ ਕੀ ਹੈ ਇਹਦੀ ਪਰਿਭਾਸ਼ਾ ਕੀ ਹੈ ਹਾਊ ਡੂ ਯੂ ਡਿਫਾਈਨ ਗੁਰਮਤਿ ਸੰਗੀਤ ਤਾਂ ਤੁਸੀਂ ਕੀ ਦੱਸੋਗੇ ਕੀ ਜਵਾਬ ਦਿਓਗੇ ਵੇਖੋ ਗੁਰਮਤਿ ਸੰਗੀਤ ਦੇ ਕੌਸ਼ਿਕ ਅਰਥ ਅਕੈਡਮਿਕ ਲੈਵਲ 'ਤੇ ਇਹਦੇ ਅਰਥ ਬਹੁਤ ਹੋ ਸਕਦੇ ਆ ਪਰ ਮੇਰੀ ਤੁਸ਼ ਬੁੱਧੀ ਹੈ ਉਹਦੇ ਅਨੁਸਾਰ ਮੈਂ ਜੋ ਸੋਚਦਾ ਗੁਰਮਤਿ ਸੰਗੀਤ ਹੈ ਜਿਸ ਸੰਗੀਤ ਰਾਹੀਂ ਗੁਰੂ ਦੀ ਮੱਤ ਸਾਡੇ ਜੀਵਨ ਦੇ ਵਿੱਚ ਆਵੇ ਜੀ ਉਹ ਕਿਉਂਕਿ ਕੋਈ ਵੀ ਕੰਮ ਦੁਨੀਆਂ ਦੇ ਵਿੱਚ ਅਸੀਂ ਕਰਦੇ ਹਾਂ ਉਹਦਾ ਪ੍ਰੋਸੀਜਰ ਹੁੰਦਾ ਉਹਦਾ ਮੈਥਡ ਹੁੰਦਾ ਹਾਂਜੀ ਗੁਰਬਾਣੀ ਨੂੰ ਵੀ ਅੰਦਰਲੇ ਵਿੱਚ ਗ੍ਰਹਿਣ ਕਰਨਾ ਉਹਦਾ ਵੀ ਇੱਕ ਤਰੀਕਾ ਹੈ ਅਤੇ ਗੁਰਮਤਿ ਸੰਗੀਤ ਇੱਕ ਟੂਲ ਹੈ ਇੱਕ ਵਸੀਲਾ ਹੈ ਜਿਸ ਰਾਹੀਂ ਅਲਟੀਮੇਟਲੀ ਅਸੀਂ ਗੁਰਬਾਣੀ ਨੂੰ ਹੀ ਆਪਣੇ ਜੀਵਨ ਦੇ ਵਿੱਚ ਧਾਰਨ ਕਰਨਾ ਠੀਕ ਹੈ ਹਾਂਜੀ ਸੋ ਜਦੋਂ ਗੁਰਮਤਿ ਸੰਗੀਤ ਆਉਂਦੀ ਹੈ ਗੱਲ ਆਉਂਦੀ ਹੈ ਫਿਰ ਉਹਦੇ ਨਾਲ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਜੋ ਦਰਜ ਬਾਣੀ ਹੈ ਉਹਦੇ ਰਾਗਾਂ ਦੀ ਗੱਲ ਆਉਂਦੀ ਹਾਂਜੀ ਸੋ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਕਿੰਨੇ ਰਾਗ ਨੇ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਮਿਹਰ ਕਰਕੇ 31 ਰਾਗ ਮੇਨ ਰਾਗ ਨੇ ਜਿਹੜੇ ਮੁੱਖ ਰਾਗ ਨੇ ਅਤੇ ਤਕਰੀਬਨ 62 ਦੇ ਕਰੀਬ ਟੋਟਲ ਰਾਗ ਨੇ ਕਿਉਂਕਿ ਰਾਗਾਂ ਦੇ ਅੱਗੋਂ ਪ੍ਰਕਾਰ ਨੇ 31 ਮੁੱਖ ਰਾਗ ਨੇ ਅਤੇ ਜਿਵੇਂ ਗੌੜੀ ਹੈ ਗੌੜੀ ਮੇਰੇ ਖਿਆਲ 9 ਪ੍ਰਕਾਰ ਦੀ ਗੌੜੀ ਹੈ ਅਤੇ ਇੱਦਾਂ ਬਸੰਤ ਵੀ ਨੇ ਬਸੰਤ ਵੀ ਕਈ ਪ੍ਰਕਾਰ ਦੇ ਨੇ ਬਸੰਤ ਹਿੰਡੋਲ ਬਸੰਤ ਮਾਰਵਾ ਸ਼ੁੱਧ ਬਸੰਤ ਇਸ ਤਰ੍ਹਾਂ ਕਰਕੇ ਕੁੱਲ ਮਿਲਾ ਕੇ 62 ਦੇ ਕਰੀਬ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੇ ਵਿੱਚ ਰਾਗ ਅੰਕਿਤ ਨੇ ਠੀਕ ਹੈ ਜੀ ਇਹ ਸਾਡੀ ਯਾਤਰਾ ਜੋ ਹੈ ਗੁਰਮਤਿ ਸੰਗੀਤ ਦੀ ਇਹ ਜਾਰੀ ਰਹੇਗੀ ਪਰ ਉਸ ਤੋਂ ਪਹਿਲਾਂ ਲੈਂਦੇ ਹਾਂ ਇੱਕ ਹੋਰ ਛੋਟਾ ਜਿਹਾ ਬ੍ਰੇਕ ਯੂਨਾਈਟਿਡ ਪੰਜਾਬੀ ਪੇਸ਼ ਕਰਦੇ ਨੇ ਆਵਾਜ਼ਾਂ ਪੰਜਾਬ ਦੀਆਂ ਜਿਸ ਵਿੱਚ ਤੁਹਾਡਾ ਮਨੋਰੰਜਨ ਕਰਨਗੇ ਗੁਰਨਾਮ ਪੁੱਲਰ ਤੇਰੇ ਗੁੱਟ ਨੂੰ ਕਲਾ ਸਰਦਾਰ ਨੀਏ ਡਾਇਮੰਡ ਦੀ ਚਾਦਰ ਪਾ ਦਾਂਗੇ ਉਹ ਮੁੰਡਾ ਕਰਦਾ ਕੈਨੇਡਾ ਚ ਡਰਾਈਵਰੀ ਰਿਸ਼ਤਾ ਕਰਾਵਾਂ ਤੈਨੂੰ ਸਾਲੀਏ ਅੰਮ੍ਰਿਤ ਮਾਨ ਸਤੰਬਰ 2018 ਦਿਨ ਸ਼ਨੀਵਾਰ ਨੂੰ
ਮੁੱਛਦਾ ਸਾਰੇ ਕਾ ਗਿਆ ਨੀਆਂ ਚਟੀਨੇ ਤੇਰੇ ਨਾਲ ਐ ਤੇ ਕੀ ਬਣਾਵਾ ਲੈਣੀਆਂ ਰੰਗ ਤੇਰਾ ਬ੍ਰਾਊਨੀ ਪੱਟੀ ਫਿਰ ਟੂ ਆਰ ਬਿਰ ਬੈਂਗ ਬੈਂਗ ਹਰ ਪਾਸੇ ਕਰੀ ਹੋਈ ਕਹਿੰਦਾ ਜੀ ਕੌਣ ਮੈਂ ਕਿ ਮਾਰਦਾ ਨਿਸ਼ਾ ਬਾਨੋ ਉਹੀ ਬੋਲਦੀ ਕਹਿੰਦਾ ਜੀ ਬੋਲ ਰਨ ਪਾਰਕ ਵਰਜੀਨੀਆ ਵਿਖੇ ਉਹੀ ਬੋਲਦੀ info@unitedpunjabi.com ਵਧੇਰੀ ਜਾਣਕਾਰੀ ਲਈ ਸੰਪਰਕ ਕਰੋ 571-308-9131। Hi, my name is Kuldeep Gill. I'm broker of Sky Realty. The reason we are so successful because client trust us. I've been doing this my whole life. My team is my wife, my office manager, and my agents. We look forward to earn your business and we do speak your language. Thank you. ਸਵਾਗਤ ਹੈ। ਲੜੀ ਚੱਲ ਰਹੀ ਹੈ ਗੁਰਮਤ ਸੰਗੀਤ ਦੀ, ਰਾਗਾਂ ਦੀ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਤੇ ਭਾਈ ਸਾਹਿਬ ਹੋਣਾ ਦੇ ਜੀਵਨ ਦੀ, ਭਾਈ ਸਾਹਿਬ ਭਾਈ ਸੁਰਿੰਦਰ ਸਿੰਘ ਜੀ ਮੈਰੀਲੈਂਡ ਤੋਂ। ਭਾਈ ਸਾਹਿਬ ਜੀ, ਆਪਾਂ ਗੱਲ ਕੀਤੀ ਸੀਗੀ ਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਤੁਸੀਂ ਦੱਸਿਆ ਸੀਗਾ ਕਿ 31 ਰਾਗ ਨੇ, ਪਰ ਰਾਗਾਂ ਦੀਆਂ ਗਾਂਹ ਵੀ ਜੋ ਪਰਿਵਾਰ ਪ੍ਰਕਾਰ ਨੇ ਉਹਨਾਂ ਦੇ, ਸੋ 62 ਰਾਗ ਜਿਹੜੇ ਨੇ ਟੋਟਲ ਆਉਂਦੇ ਨੇ। ਹਾਂਜੀ, ਠੀਕ ਹੈ ਜੀ। ਹੁਣ ਰਾਗਾਂ ਦੇ ਵਿੱਚ, ਕਿਉਂਕਿ ਮੈਂ ਭਾਵੇਂ ਸੰਗੀਤ ਦੇ ਨਾਲ ਨਹੀਂ ਜੁੜਿਆ, ਮੈਂ ਇਸ ਚੀਜ਼ ਤੋਂ ਹੀਣਾ ਆ, ਪਰ ਸੁਣਿਆ ਜ਼ਰੂਰ ਹੈ ਜੀ ਸਵੇਰ ਦਾ ਰਾਗ, ਦੁਪਹਿਰ ਦਾ ਰਾਗ, ਸ਼ਾਮ ਦਾ ਰਾਗ, ਇਸ ਚੀਜ਼ ਬਾਰੇ ਤੁਸੀਂ ਕੀ ਦੱਸ ਸਕਦੇ ਹੋ? ਦੇਖੋ, ਹਰੇਕ ਰਾਗ ਦਾ ਜਿਹੜਾ ਸਮਾਂ ਹੈ ਉਹ ਉਹਦੇ ਨੋਟਸ ਹੈ ਉਹ ਵਾਤਾਵਰਨ ਦੇ ਅਨੁਸਾਰ ਬਣਦੇ ਨੇ, ਉਹਦੇ ਸੁਰ ਜਿਹੜੇ ਨੇ, ਜਿਵੇਂ ਰਾਗ ਭੈਰੋ ਹੈ ਉਹ ਸਵੇਰ ਦਾ ਰਾਗ ਹੈ, ਅੰਮ੍ਰਿਤ ਵੇਲੇ ਦਾ ਰਾਗ ਹੈ, ਰਾਗ ਆਸਾ ਜਾਂ ਰਾਗ ਦੇਵ ਗੰਧਾਰੀ, ਜਿਹੜੇ ਬਹੁਤ ਸਾਰੇ ਰਾਗ, ਰਾਗ ਵਿਭਾਸ, ਪ੍ਰਭਾਤੀ, ਪ੍ਰਭਾਤੀ ਹੈ ਇਹ ਪ੍ਰਭਾਤ ਦਾ ਰਾਗ, ਪਰ ਇਹ ਜਿਹੜਾ ਸਮਾਂ ਬੰਧਿਆ ਗਿਆ ਇਹ ਜਿਹੜੇ ਜਦੋਂ ਦੇ ਰਾਗ ਬਣੇ ਨੇ, ਡਿਸਕਵਰ ਹੋਏ ਨੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਵਿੱਚ ਅੰਕਿਤ ਹੋਣ ਤੋਂ ਪਹਿਲਾਂ ਹੀ, ਸਮਾਂਬੰਧ ਜਿਹੜਾ ਇਹ ਪੁਰਾਤਨ ਸ਼ਾਸਤਰੀ ਸੰਗੀਤ ਦੇ ਵਿੱਚ ਵੀ ਇਹ ਨਿਯਮ ਬਣੇ ਨੇ। ਠੀਕ ਹੈ, ਪਰ ਇਹ ਨਿਯਮ ਜਿਹੜੇ ਗੁਰੂ ਘਰ ਦੇ ਕੀਰਤਨੀਆਂ ਵੀ ਇਹਨਾਂ ਨੂੰ ਫਾਲੋ ਕਰਦੇ ਨੇ, ਇਹਨਾਂ ਨੂੰ ਮੰਨਦੇ ਨੇ, ਉਹਦਾ ਕਾਰਨ ਇਹ ਹੈ ਵੀ ਸਵੇਰ ਦਾ ਜਿੱਦਾਂ ਜਿਵੇਂ ਰਾਗਾਂ ਦੇ ਮੂਡ ਨੇ, ਜਿਵੇਂ ਸੂਰਜ ਚੜ੍ਹ ਰਿਹਾ, ਨਵੀਂ ਫਰੈਸ਼ਨੈਸ, ਨਵੀਂ ਤਾਜ਼ਗੀ, ਉਹਦੇ ਅਕੋਰਡਿੰਗਲੀ ਉਹਦੇ ਅਨੁਸਾਰ ਜਿਹੜੇ ਨੋਟਸ ਜਿਹੜੇ ਗਾਇਨ ਕੀਤੇ ਜਾਣ ਅਤੇ ਉਹ ਰਾਗ ਉਸ ਸਮੇਂ ਦਾ ਬਣਦਾ। ਮੈਂ ਜਿਵੇਂ 3-4 ਨਾਮ ਹੀ ਲਏ ਹੈ, ਸੋ ਇਹੀ ਮੇਨ। ਪਰ ਮੈਂ ਇੱਥੇ ਸਰੋਤਿਆਂ ਦੇ ਨਾਲ ਇੱਕ ਗੱਲ ਕਲੀਅਰ ਵੀ ਕਰ ਦੇਣੀ ਚਾਹਾਂਗਾ ਕਿ ਰਾਗ ਭਾਵੇਂ ਸਵੇਰ ਦੇ ਨੇ, ਦੁਪਹਿਰ ਦੇ ਨੇ, ਸ਼ਾਮ ਦੇ ਨੇ, ਪਰ ਜੋ ਗੁਰਸਿੱਖ ਲਈ ਬਾਣੀ ਹੈ, ਹਾਂਜੀ, ਕੋਈ ਵੀ ਬਾਣੀ ਕਿਸੇ ਵੀ ਟਾਈਮ ਪੜ੍ਹੀ ਜਾ ਸਕਦੀ ਹੈ ਆਪਣੇ ਜੀਵਨ ਦੇ ਵਿੱਚ।
ਆਪਣੇ ਜੀਵਨ ਨੂੰ ਗੁਰਮਤ ਦੇ ਨਾਲ ਜੋੜਨ ਦੇ ਲਈ ਹਾਂਜੀ ਉਹ ਬਾਣੀ ਕੋਈ ਵੀ ਬਾਣੀ ਕਿਸੇ ਵੀ ਟਾਈਮ ਜੋ ਹੈ ਉਹਦਾ ਗਾਇਨ ਕੀਤਾ ਜਾ ਸਕਦਾ ਪੜ੍ਹੀ ਜਾ ਸਕਦੀ। ਪੁਰਾਣੇ ਸਿਆਣੇ ਕੀਰਤਨੀਏ ਕੀ ਕਰਦੇ ਸੀ ਵੀ ਜਦੋਂ ਦੇ ਰਾਗ ਦੀ ਗੱਲ ਆਉਂਦੀ ਹੈ ਹੁਣ ਵੀ ਹਰਿਮੰਦਰ ਸਾਹਿਬ ਦੇ ਕੀਰਤਨੀਏ ਜਾਂ ਹਰਿਮੰਦਰ ਸਾਹਿਬ ਕੀਰਤਨ ਕਰ ਚੁੱਕੇ ਜਿਹੜੇ ਸਾਬਕਾ ਕੀਰਤਨੀਏ ਖਾਸ ਕਰਕੇ ਮੈਂ ਕਹਾਂਗਾ ਜਿਹੜੇ ਬਾਹਰਲੇ ਕੰਟਰੀਆਂ 'ਚ ਵਿਚਰ ਰਹੇ ਨੇ ਉਹ ਇਸ ਗੱਲ ਦਾ ਬੜਾ ਖਿਆਲ ਰੱਖਦੇ ਨੇ ਕਿ ਜਦੋਂ ਜੇ ਤਾਂ ਹੁਣ ਜਿਵੇਂ ਭੈਰੋਂ ਮਹੱਲਾ ਪੰਜਵਾਂ ਉਠਤ ਸੁਖੀਆ ਬੈਠ ਸੁਖੈਨ ਸ਼ਬਦ ਮੈਂ ਤੁਹਾਡੇ ਨਾਲ ਸਾਂਝਾ ਕਰਾਂ ਹੁਣ ਉਹ ਜੇ ਰਾਗ 'ਚ ਪੜ੍ਹਨਾ ਤਾਂ ਫਿਰ ਉਹ ਸਵੇਰੇ ਹੀ ਗਾਉਣਗੇ ਠੀਕ ਹੈ ਅਤੇ ਜੇ ਉਹਨਾਂ ਨੇ ਇਹ ਸ਼ਬਦ ਦੁਪਹਿਰ ਨੂੰ ਪੜ੍ਹਨਾ ਹੈ ਜਾਂ ਸ਼ਾਮ ਨੂੰ ਪੜ੍ਹਨਾ ਫਿਰ ਉਹਨੂੰ ਰੀਤ ਵਿੱਚ ਪੜ੍ਹਨਗੇ ਸਧਾਰਨ ਰੀਤ ਵਿੱਚ ਫਿਰ ਪੜ੍ਹ ਸਕਦੇ ਆ ਸੋ ਇਹ ਇੱਕ ਤਰੀਕਾ ਵੀ ਜਦੋਂ ਮਰਜ਼ੀ ਗੁਰਬਾਣੀ ਨੂੰ ਗਾਇਨ ਕੀਤਾ ਜਾ ਸਕਦਾ ਤੁਹਾਡੀ ਗੱਲ ਠੀਕ ਹੈ ਵੀ ਜਦੋਂ ਮਰਜ਼ੀ ਕੋਈ ਵੀ ਸ਼ਬਦ ਗਾਇਨ ਕੀਤਾ ਜਾ ਸਕਦਾ ਠੀਕ ਹੈ ਹਾਂਜੀ ਸੋ ਜਦੋਂ ਆਪਣੀ ਗੱਲ ਆਉਂਦੀ ਹੈ ਰਾਗਾਂ ਦੀ ਕਿਉਂਕਿ ਜਿਹੜੀ ਪਹਿਲੀ ਬੀਟ ਤਿਆਰ ਕੀਤੀ ਗਈ ਸੀਗੀ ਉਹ ਪੰਚਮ ਪਾਤਸ਼ਾਹ ਵੱਲੋਂ ਤਿਆਰ ਕੀਤੀ ਗਈ ਸੀ ਹਾਂਜੀ ਸੋ ਉਦੋਂ ਹੀ ਬਾਣੀ ਜਿਹੜੀ ਹੈ ਉਹ ਰਾਗਾਂ ਦੇ ਵਿੱਚ ਪੋਇਟਿਕ ਫੋਰਮ ਦੇ ਵਿੱਚ ਦਰਜ ਕੀਤੀ ਗਈ ਹਾਂਜੀ ਜਾਂ ਜਦੋਂ ਮਤਲਬ ਦਸਵੇਂ ਪਾਤਸ਼ਾਹ ਨੇ ਜਦੋਂ ਦਮਦਮਾ ਸਾਹਿਬ ਭਾਈ ਮਨੀ ਸਿੰਘ ਜੀ ਨੂੰ ਲਿਖਾਰੀ ਲਾ ਕੇ ਜੋ ਬੀਟ ਤਿਆਰ ਕੀਤੀ ਗਈ ਤੁਸੀਂ ਇਸ ਚੀਜ਼ ਦੇ ਬਾਰੇ ਸਾਨੂੰ ਦੱਸ ਸਕਦੇ ਕੋਈ ਬਹੁਤਾ ਗਿਆਨ ਹੈ ਤੁਹਾਨੂੰ ਮੈਂ ਦੇਖੋ ਇਤਿਹਾਸਕ ਪੱਖੋਂ ਇੰਨਾ ਐਕਸਪਰਟ ਤਾਂ ਨਹੀਂ ਪਰ ਜਿੰਨੀ ਕੁ ਮੇਰੀ ਯੋਗਤਾ ਹੈ ਉਹਦੇ ਅਨੁਸਾਰ ਮੈਂ ਤੁਹਾਨੂੰ ਇੰਨਾ ਕੁ ਦੱਸ ਸਕਦਾ ਕਿ ਰਾਗਾਂ ਦੇ ਨਿਰਧਾਰਤ ਰਾਗਾਂ ਵਿੱਚ ਬਾਣੀ ਸੱਚੇ ਪਾਤਸ਼ਾਹ ਨੇ ਉਦੋਂ ਹੀ ਰਚਨਾ ਕੀਤੀ ਹੈ ਜਦੋਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਸੰਪਾਦਨਾ ਹੋਈ ਹੈ ਭਾਵੇਂ ਕਿ ਨੌਵੇਂ ਪਾਤਸ਼ਾਹ ਦੀ ਬਾਣੀ ਜੈਜਾਵੰਤੀ ਰਾਗ ਗੁਰੂ ਦਸਵੇਂ ਪਾਤਸ਼ਾਹ ਜੀ ਨੇ ਬਾਅਦ ਵਿੱਚ ਉਹਨੂੰ ਅੰਕਿਤ ਕੀਤਾ ਪਰ ਰਾਗਾਂ ਦੀ ਜਿਹੜੀ ਤਰਤੀਬ ਹੈ ਇਹ ਉਦੋਂ ਤੋਂ ਹੀ ਹੋਈ ਹੈ ਜਦੋਂ ਗੁਰੂ ਸਾਹਿਬ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਜੀ ਨੂੰ ਹੱਡ ਗ੍ਰੰਥੀ ਲਾ ਹਾਂਜੀ ਉਦੋਂ ਰਾਗਾਂ ਦੇ ਵਿੱਚ ਨਿਰਧਾਰਤ ਰਾਗਾਂ ਵਿੱਚ ਬਾਣੀ ਹੈ ਸੀ ਠੀਕ ਹਾਂਜੀ ਸੋ ਸਾਨੂੰ ਅੱਜ ਕੱਲ੍ਹ ਦੱਸੋ ਕਿ ਤੁਸੀਂ ਹੁਣ ਕੀ ਕਰ ਰਹੇ ਹੋ ਇਸ ਵੇਲੇ ਕਿਉਂਕਿ ਆਬਵੀਅਸਲੀ ਹਰ ਕੋਈ ਅੱਜ ਕੱਲ੍ਹ ਕੁਐਸਚਨ ਆਉਂਦਾ ਹੈ ਜੀ ਹਾਉ ਡੂ ਯੂ ਬੈਲੈਂਸ ਯੂਰ ਵਰਕ ਐਂਡ ਵਰਕ ਲਾਈਫ ਬੈਲੈਂਸ ਜਿਹੜਾ ਹੈ ਉਹ ਕਿਵੇਂ ਚਲਾ ਰਹੇ ਹੋ ਕਿਉਂਕਿ ਤੁਸੀਂ ਮੈਨੂੰ ਇਹਨਾਂ ਦਾ ਪਤਾ ਹੈ ਕਿ ਤੁਸੀਂ ਕਿਰਤੀ ਸਿੱਖ ਵੀ ਹੋ ਸਾਡੇ ਵਾਂਗੂ ਵਾਹਿਗੁਰੂ ਕਿਰਤ ਵੀ ਕਰਦੇ ਹੋ ਪਲੱਸ ਤੁਹਾਡਾ ਜਿਹੜੀ ਖਿੱਚ ਹੈ ਗੁਰਮਤਿ ਦੇ ਪ੍ਰਤੀ ਜਾਂ ਗੁਰਮਤਿ ਸੰਗੀਤ ਦੇ ਪ੍ਰਤੀ ਉਹ ਵੀ ਤੁਹਾਡੀ ਕਾਫੀ ਜ਼ਿਆਦਾ ਹੈ ਕਿਉਂਕਿ ਤੁਸੀਂ ਆਮ ਤੌਰ 'ਤੇ ਤੁਹਾਨੂੰ ਵੇਖਿਆ ਜਾਂਦਾ ਕਿ ਤੁਸੀਂ ਬੱਚਿਆਂ ਦੇ ਕੈਂਪਸ ਵੀ ਲਾਉਣ ਜਾਂਦੇ ਹੋ ਅਤੇ ਦੂਰ ਦੁਰਾਡੇ ਡਰਾਈਵ ਕਰਕੇ ਵੀ ਜੇ ਕਿਸੇ ਨੂੰ ਕੋਚਿੰਗ ਦੀ ਲੋੜ ਹੈ ਉਹ ਚਾਹੇ ਜੋੜੀ ਦੀ ਹੋਵੇ ਚਾਹੇ ਹਾਰਮੋਨੀਅਮ ਕੀਰਤਨ ਸਿਖਾਉਣਾ ਹੋਵੇ ਤੁਸੀਂ ਪਹੁੰਚ ਕਰਦੇ ਹੋ ਨਾਲ ਨਾਲ ਪੰਥਕ ਸੋਚ ਵੀ ਰੱਖਦੇ ਹੋ ਪੰਥਕ ਕੰਮਾਂ ਦੇ ਵਿੱਚ ਵੀ ਅਸੀਂ ਤੁਹਾਨੂੰ ਭਾਵੇਂ ਅੱਧੀ ਰਾਤ ਨੂੰ ਵੀ ਕਾਲ ਕਰੀਏ ਤਾਂ ਤੁਸੀਂ ਫੋਨ ਚੱਕ ਕੇ ਜ਼ਰੂਰ ਸਾਡੀ ਹਮਾਇਤ ਕਰਦੇ ਹੋ ਸੋ ਇਹ ਸਾਰਾ ਕੁਝ ਕਿਵੇਂ ਬੈਲੈਂਸ ਹੋ ਰਿਹਾ ਵੇਖੋ ਇਹ ਬੜੀ ਸੁਖੈਨ ਇਹਦਾ ਤਰੀਕਾ ਹੈ ਜਿਹੜਾ ਗੁਰੂ ਨਾਨਕ ਪਾਤਸ਼ਾਹ ਜੀ ਦੀ ਸੰਕਲਪ ਨਾਲ ਅਤੇ ਉਹ ਸੋਚ ਨਾਲ ਜੁੜਿਆ ਕਿਉਂਕਿ ਬੀਂਗ ਇਹ ਕੀਰਤਨੀਆਂ ਗੁਰਬਾਣੀ ਇਕੱਲਾ ਗਾਉਣ ਵਾਲਾ ਵਿਸ਼ਾ ਨਹੀਂ ਮੰਨਣ ਵਾਲਾ ਵਿਸ਼ਾ ਹੈ ਅਤੇ ਜਦੋਂ ਗੁਰਬਾਣੀ ਦੇ ਵਿੱਚ ਇੱਕ ਓਅੰਕਾਰ ਤੋਂ ਲੈ ਕੇ 18,10,20 ਤੱਕ ਜਿੰਨੀ ਵੀ ਬਾਣੀ ਹੈ ਉਹ ਹੈ ਹੀ ਆ ਵੀ ਉਹ ਰੈਵੋਲਿਊਸ਼ਨਰੀ ਹੈ ਉਹ ਕ੍ਰਾਂਤੀਕਾਰੀ ਹੈ ਹਾਂਜੀ ਉਹਦੇ ਵਿੱਚ ਪੂਰੀ ਬਾਣੀ ਸੱਚੇ ਪਾਤਸ਼ਾਹ ਜੀ ਨੇ ਸਾਨੂੰ ਖੜ੍ਹਨਾ ਸਿਖਾਇਆ ਜੀ ਸੋ ਕੀਰਤਨ ਜਿੱਥੇ ਅਸੀਂ ਗਾਇਨ ਕਰਨਾ ਹੈ ਉੱਥੇ ਮੰਨ ਕੇ ਉਹਨੂੰ ਅਪਣਾਉਣਾ ਹੈ ਅਤੇ ਨੈਚੁਰਲੀ ਇਹ ਚੀਜ਼ਾਂ ਜੋ ਤੁਸੀਂ ਪਿਆਰ ਦੇ ਨਾਲ ਕੋਈ ਵੀ ਗੁਰਸਿੱਖ ਗੁਰਬਾਣੀ ਨੂੰ ਗਾਇਨ ਕਰੇਗਾ ਇਹ ਸੁਭਾਵਿਕ ਉਹਦੇ 'ਚ ਨਿਕਲਣਗੀਆਂ ਪੁਰਾਣੇ ਜਿਹੜੇ ਜੁਝਾਰੂ ਸਿੰਘ ਵੀ ਸੀ ਪੁਰਾਣੀਆਂ ਆਪਾਂ ਜਦੋਂ ਆਪਣੀਆਂ ਬਾਬਾਣੀਆਂ ਕਹਾਣੀਆਂ ਪੜ੍ਹਦੇ ਹਾਂ ਤਾਂ ਤੁਸੀਂ ਪੁਰਾਤਨ ਤਸਵੀਰਾਂ ਜਿਹੜੀਆਂ ਬਣਾਈਆਂ ਵੇਖੋ ਉਹਦੇ ਵਿੱਚ ਸਿੰਘ ਇੱਕ ਪਾਸੇ ਉਹਨੇ ਪੋਥੀ ਹੁੰਦੀ ਸੀ ਦੂਜੇ ਪਾਸੇ ਸ਼ਸਤਰ ਹੁੰਦੇ ਸੀ ਕਈ ਵਾਰੀ ਇਹ ਵੀ ਤਸਵੀਰਾਂ ਬਣਾਈਆਂ ਵੀ ਉਹਨਾਂ ਨੇ ਸ਼ਸਤਰ ਵੀ ਲਾਏ ਅਤੇ ਨਾਲ ਕਿਸੇ ਨੇ ਸਰੰਦਾ ਟੰਗਿਆ ਕੋਈ ਰਬਾਬ ਜਾ ਰਿਹਾ ਨਾਲ ਸੰਗੀਤਕਾਰ ਵੀ ਸਨ ਉਹਦਾ ਕਾਰਨ ਹੀ ਸਰਸਾ ਨਦੀ 'ਤੇ ਜਦੋਂ ਵਿਛੋੜਾ ਹੋਇਆ ਜੀ ਅਤੇ ਗੁਰੂ ਦਾ ਹੁਕਮ ਸੀ ਵੀ ਆਸਾ ਕੀ ਵਾਰ ਦਾ ਕੀਰਤਨ ਕਰਨਾ ਸੋ ਸੰਗੀਤ ਸਾਡੇ ਵਿੱਚ ਅਸਲ ਸਪਿਰਿਟ ਜਿਹੜੀ ਬਰੇਵਰੀ ਦੀ ਉਹ ਕੱਢਦਾ ਹੀ ਸੰਗੀਤ ਹੈ ਐਂਪਲੀਫਾਈ ਕਰਦਾ ਐਂਪਲੀਫਾਈ ਕਰਦਾ ਬਿਲਕੁਲ ਕਿਉਂਕਿ ਜਿਵੇਂ ਕਹਿ ਲਓ ਵੀ ਗੁਰਬਾਣੀ ਦੇ ਨਾਲ ਨੀਂਹ ਧਰੀ ਜਾਂਦੀ ਹੈ ਪੱਕੀ ਹੋ ਜਾਂਦੀ ਹੈ ਫਿਰ ਉਹਨੂੰ ਐਂਪਲੀਫਾਈ ਕਰਦਾ ਹੈ ਟੇਕਿੰਗ ਇਟ ਟੂ ਦ ਨੈਕਸਟ ਲੈਵਲ ਅਤੇ ਇਸ ਕੰਟਰੀ 'ਚ ਆ ਕੇ ਖਾਸ ਕਰਕੇ ਇਹ ਗੱਲ ਦੀ ਪ੍ਰੈਕਟਿਸ ਥੋੜ੍ਹੀ ਈਜ਼ੀ ਹੋ ਜਾਂਦੀ ਹੈ ਵੀ ਤੁਸੀਂ ਕਿਰਤ ਵੀ ਕਰ ਸਕਦੇ ਹੋ ਅਤੇ ਉਹਦੀ ਐਕਸੈਪਟੈਂਸ ਹੈ ਵੀ ਤੁਸੀਂ ਨਾਲ ਕੀਰਤੀ ਮਹਾਰਾਜ ਦੀ ਗੁਰਬਾਣੀ ਨਾਲ ਕਰੋ ਅਤੇ ਦੋਵੇਂ ਚੀਜ਼ਾਂ ਜਿਹੜੀਆਂ ਪੈਰਲਰ ਚੱਲ ਰਹੀਆਂ ਇਹਦਾ ਬੜਾ ਆਨੰਦ ਬਣਿਆ ਹੋਇਆ
ਭਾਈ ਸਾਹਿਬ ਜੀ, ਸਾਡੀ ਇਹ ਗੱਲਬਾਤ ਜੋ ਹੈ ਗੁਰਮਤਿ ਸੰਗੀਤ ਦੀ, ਕਿਉਂਕਿ ਆਬਵੀਅਸਲੀ ਮੈਨੂੰ ਵੀ ਇੰਨੀ ਕੋਈ ਨੌਲੇਜ ਹੈ ਨਹੀਂ ਕਿ ਮੈਂ ਤੁਹਾਨੂੰ ਬਹੁਤੇ ਜ਼ਿਆਦਾ ਪ੍ਰਸ਼ਨ ਕਰ ਸਕਾਂ। ਨਹੀਂ, ਤੁਹਾਨੂੰ ਬਹੁਤ ਨੌਲੇਜ ਹੈ। ਮੈਂ ਫਿਰ ਵੀ ਕੋਸ਼ਿਸ਼ ਕਰਦਾ ਰਹਾਂਗਾ ਕਿ ਆਪਾਂ ਇਹਨੂੰ ਐਜ਼ ਅ ਸੀਰੀਜ਼ ਪੇਸ਼ ਕਰੀਏ, ਤਾਂ ਜੋ ਸਾਡੇ ਸੁਣਨ ਵਾਲੇ ਨੇ ਉਹ ਵੀ ਇਸ ਚੀਜ਼ ਦਾ ਕੋਈ ਲਾਭ ਉਠਾ ਸਕਣ, ਹੋਰ ਵੀ ਕੋਈ ਇੰਸਪਾਇਰ ਹੋਵੇ। ਤੁਹਾਡੀਆਂ ਇੰਸਪੀਰੇਸ਼ਨ ਬਾਰੇ ਵੀ ਅਸੀਂ ਪੁੱਛਣਾ ਚਾਹਾਂਗਾ ਮੈਂ ਸ਼ੋਅ ਨੂੰ ਐਂਡ ਕਰਨ ਤੋਂ ਪਹਿਲਾਂ, ਕਿ ਹਰ ਕਿਸੇ ਦੇ ਜੀਵਨ ਦੇ ਵਿੱਚ ਕੋਈ ਇੰਸਪੀਰੇਸ਼ਨਲ ਪਰਸਨ ਹੁੰਦਾ ਹੈ ਜਿਹੜਾ ਤੁਹਾਨੂੰ ਇਸ ਪਾਸੇ ਲਈ ਮਤਲਬ ਹੋਰ ਜ਼ਿਆਦਾ ਜ਼ੋਰ ਲਾਉਣ ਨੂੰ ਕਹਿੰਦਾ ਹੈ। ਤੁਹਾਡੀ ਜ਼ਿੰਦਗੀ ਦੇ ਵਿੱਚ ਕੋਈ ਐਸੀ ਸ਼ਖਸੀਅਤ ਆਈ ਹੋਵੇ ਜਿਨ੍ਹਾਂ ਨੇ ਤੁਹਾਨੂੰ ਇੰਸਪਾਇਰ ਕੀਤਾ ਹੋਵੇ ਇਸ ਪਾਸੇ ਲਈ ਹੋਰ ਤੇਜ਼ ਚੱਲਣ ਲਈ? ਮੈਂ ਸਮੁੱਚੇ ਤੌਰ 'ਤੇ ਇਹ ਗੱਲ ਕਰਾਂਗਾ ਕਿ ਸਮੁੱਚੇ ਤੌਰ 'ਤੇ ਤਾਂ ਹਰਿਮੰਦਰ ਸਾਹਿਬ ਦੇ ਕੀਰਤਨੀਆਂ ਨੇ, ਸਾਰਿਆਂ ਨੇ ਮੈਨੂੰ ਇੰਸਪਾਇਰ ਕੀਤਾ। ਪਰ ਜੇ ਹਮ ਉਮਰ ਸ਼ਖਸੀਅਤਾਂ ਦੀ ਗੱਲ ਕਰਾਂ ਜਿਹੜੇ ਮੇਰੇ ਨਾਲ ਸਿੱਖੇ ਨੇ ਜਾਂ ਜਿਨ੍ਹਾਂ ਨੂੰ ਵੇਖ ਕੇ ਇੱਕ ਕੰਪੀਟੀਸ਼ਨ ਐਟੀਟਿਊਡ ਵੀ ਹੁੰਦਾ ਸੀ, ਕਿਉਂਕਿ ਯੰਗ ਸੀ। ਅਤੇ ਭਾਈ ਸਰਬਜੀਤ ਸਿੰਘ ਜਿਨ੍ਹਾਂ ਨੂੰ ਨਿਕਨੇਮ ਉਹਨਾਂ ਦਾ ਲਾਡੀ ਹੈ, ਠੀਕ ਹੈ, ਉਹਨਾਂ ਨੂੰ ਮੈਂ ਵੇਖ ਕੇ ਮੈਨੂੰ ਬੜਾ ਕਈ ਵਾਰੀ ਕੰਪੀਟੀਸ਼ਨ ਆਉਂਦਾ ਸੀ, ਮੈਂ ਵੀ ਆਈ ਵਾਂਟ ਟੂ ਡੂ ਕੀਰਤਨ ਲਾਈਕ ਹਿਮ, ਮੈਂ ਉਹਨਾਂ ਵਰਗਾ ਕੀਰਤਨ ਕਰਨਾ। ਅਤੇ ਅਸੀਂ ਤਬਲਾ ਵੀ ਇੱਕੋ ਉਸਤਾਦ ਦੇ ਉਹਨਾਂ ਕੋਲੋਂ ਸਿੱਖਿਆ, ਅਤੇ ਗਾਏ ਬਗਾਏ ਜਿੱਥੋਂ ਉਹ ਵਿੱਦਿਆ ਲੈ ਕੇ ਆਉਂਦੇ ਸੀ ਉਹਨਾਂ ਨੂੰ ਫਾਲੋ ਕਰਕੇ ਮੈਂ ਵੀ ਲੈ ਕੇ ਆਉਂਦਾ ਸੀ, ਜੇ ਇਹ ਹੁਣ ਸ਼ਬਦ ਸਿੱਖ ਕੇ ਆਇਆ ਜਾਂ। ਸੋ ਇਹ ਇੰਸਪੀਰੇਸ਼ਨ ਮੈਨੂੰ, ਜੇ ਆਪਣੇ ਹਮ ਉਮਰ ਦੀ ਗੱਲ ਕਰਾਂ, ਭਾਈ ਬਹਾਦਰ ਸਿੰਘ, ਭਾਈ ਬਲਵੀਰ ਸਿੰਘ ਉਹਨਾਂ ਦੇ ਬੇਟੇ ਨੇ, ਹੋਰ ਕਾਫੀ ਨੌਜਵਾਨ, ਉਹਨਾਂ ਵੱਲ ਵੇਖ ਕੇ ਮੈਨੂੰ ਵੀ ਜਿਵੇਂ ਕਹਿੰਦੇ ਨੇ ਵੀ ਤਿੰਨਾਂ ਦੇਖ ਮਨ ਚਾਅ ਉਠਾਉਂਦਾ, ਅਤੇ ਮੇਰੇ ਮਨ 'ਚ ਚਾਅ ਇਹਨਾਂ ਨੂੰ ਵੇਖ ਕੇ ਸੀ, ਅਤੇ ਸੱਚੇ ਪਾਤਸ਼ਾਹ ਨੇ ਕੀਰਤਨੀਆਂ ਬਣਾ ਲਿਆ। ਹਾਂਜੀ, ਇਹ ਜੋ ਵਿਚਾਰ ਹੈ, ਜੋ ਗੱਲਬਾਤ ਹੈ, ਗੁਫ਼ਤਗੂ ਹੈ, ਜੋ ਇਹ ਗੁਰਮਤਿ ਦੇ ਬਾਰੇ, ਗੁਰਮਤਿ ਸੰਗੀਤ ਦੇ ਬਾਰੇ ਅਸੀਂ ਸਮੇਂ ਸਮੇਂ 'ਤੇ ਤੁਹਾਡੀ ਹਾਜ਼ਰੀ ਜੋ ਹੈ ਉਹ ਤੁਹਾਡੇ ਤੋਂ ਮੰਗਦੇ ਰਹਾਂਗੇ, ਅਤੇ ਸਤਿਗੁਰੂ ਕਿਰਪਾ ਕਰਨ ਕਿ ਤੁਸੀਂ ਇਸੇ ਤਰ੍ਹਾਂ ਹੀ ਪੰਥ ਦੀ ਸੇਵਾ ਕਰਦੇ ਰਹੋ। ਤਦੋਂ ਤੱਕ ਲਈ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।